आज दे समय दे विच जिथे नौजवान विदेशी चमकता वेखदे ने पर उस लई किन्ने घंटे खड़े होके काम करना है या फिर किन्ने घंटे जलना पैना है ओ नहीं देखदे। इस तो नजर अंदाज कर ओ विदेशा दा रुख कर रहे हैं। उथे बिना शंख सरन तो कोई भी काम करन नू तैयार हन पर पंजाब दे विच मेहनत करन तो इनकार करदे ने। पर नाभा ब्लॉक दे पिंड अलीपुर दे नौजवान किसान मनमीत सिंह ने कनेडा दी पीआर नू ठोकर मार अपने परिवार समेत पिंड विच जाके खेती करन लग पे। मनमीत ने दस्या कि कनेडा विच मैं ट्राला चलाउंदा सी ते बाई बाई घंटे काम करदा सी पर मैं परिवार दे नाल बिल्कुल टुट चुका सी, जिस तो बाद मैं फैसला लिया मैं इत्थे सख्त मेहनत दी बजाए अपने खेत दे विच क्यों ना काम करा ते नाल ही मैं अपने परिवार दे नाल खुश भी रहांगा। उथे मनजीत सिंह दे इस उपराले नू वेखदे होए पिंड वासी अते परिवार दी पूरी खुशी वेख सकदे हो। उथे ही की कुछ कहना है उक्त व्यक्ति दा तुहानू सुणांदे आ। मेरा नाम मनमीत सिंह है जी। मनमीत सिंह जी, जिहड़े लोग तां लखां रुपए खर्च करके पी आर लैण वास्ते कैनेडा का रुख कर रहे हैं, तुसीं जिहड़ा हैगा कैनेडा छड्ड के पी आर छड्ड के इत्थे आए हो, वी की कारण? कारण जी बस मैनू नहीं वधिया लग्या, लोग पता नहीं क्यों, किसी नूं नहीं कुछ कह सकदा पर मैनू उत्थे नहीं फिट नहीं लग्या। मैनूं तां अपना पिंड अपना घर इत्थे ही वधिया लग्या, इत्थे दी लाइफ वधिया लगी है, उत्थे दा सिर्फ काम ही है। हुण इत्थे लोकां नाल विचरदे वी आ, बहने खलोनी भी हैं, वो तो सिर्फ कम है, कम तो चल जाओ, कम तो आ गए वह है। हम लाइफ के बंदा वो तो वह की एक उत्तर बड़ा जोर ला लो घर बना लो, एक वो भी अपनी उम्र हम जी मैं मतलब कि जो 14 च गया सी उदो मेरी मतलब कि हिसाब भी 25-26 साल की एज सी, हूँ तो उत्थे जाके 5 साल कम करने बाद 30 साल की उम्र के बाद जे मैं घर लै भी लवा तो हम 30 साल का उत्तर लोन होगा, 60 साल की उम्र, 60 साल की लाइफ भी नहीं मिला अज तक, अजकल है ही किसी तो मैंने तो कोई लग्या नहीं कोई खास गल। जिमें पी आर हो गए सी तुसी, हाँ जी, मदर भी तुहाडे नाल सी, हाँ जी, फैसिलिटी तो काफ़ी ने सरकार दिंदी आ? नहीं फैसिलिटीज़ हैगियां ने पर लाइफ ए है ना भी उन्नी क लाइफ भी जिन्ना अपना सर्कल ही घूमद सिर्फ इन्ना कि सिस्टम है उत्थे दा बड़ा वधिया नहीं मैंने लगे। ਤੁਸੀਂ ਉੱਥੇ ਕੀ ਕਰਦੇ ਸੀ? ਮੈਂ ਟਰੱਕ ਚਲਾਉਂਦਾ ਸੀ। ਟਰੱਕ ਚਲਾਉਂਦੇ, ਕਿੰਨੇ ਘੰਟੇ ਚਲਾਉਂਦੇ ਸੀ, ਕਿਉਂ ਮਿਹਨਤ ਵੀ ਕਰਨੀ ਪੈਂਦੀ ਸੀ? ਹਾਂ ਟਰੱਕ ਮੈਂ ਨਾਲ ਵੀ 20-22 ਘੰਟੇ ਦਾ ਨਾਰਮਲ ਜੀ ਗੱਲ ਸੀ। ਹਾਂ ਕੰਸਟਰਕਸ਼ਨ ਦੇ ਕੰਮ ਸੀ, ਟਰੱਕ ਨਹੀਂ ਆਪ ਦਿੰਦੇ ਸੀ, ਡਰਾਈਵਰੀ ਸੀ। ਕਿੰਨੀ ਕੁ ਸਖਤ ਹੈਗਾ ਉੱਧਰ ਲਾਈਫ ਮਿਹਨਤ ਕਰਨੀ? ਸਖਤ ਵੀ ਨਹੀਂ ਆਪਾਂ ਕਹਿ ਸਕਦੇ ਵੀ ਟਾਈਮ ਹੀ ਹੈ ਬਸ, ਵੀ ਮਤਲਬ ਕਿ ਜਿਹੜਾ ਇੱਕ ਕੰਮ ਕਰਨਾ ਉਹ ਪ੍ਰੋਪਰਲੀ ਉਨਾ ਚਿਰ ਕਰਨਾ ਹੀ ਕਰਨਾ, ਉਹਨੂੰ ਹਾਰਡ ਨਹੀਂ ਇੰਨਾ ਕਹਿ ਸਕਦੇ ਵੀ ਬੜਾ ਹਾਰਡ ਹੈ, ਹਾਰਡ ਤਾਂ ਨਹੀਂ ਹੈਗਾ ਪਰ ਲਗਾਤਾਰ ਵੀ ਜਿਵੇਂ ਤੁਸੀਂ ਕਹਿੰਦੇ ਕੋਈ ਇੱਕ ਚੀਜ਼ ਜਾ ਕੇ ਇੱਥੇ ਰੱਖਣੀ ਉਹ 8 ਘੰਟੇ ਐਂ ਹੀ ਕਰੀ ਜਾਣਾ ਬਸ, ਆਹੀ ਹੈ। ਜਿਵੇਂ ਤੁਸੀਂ ਮਿਹਨਤ ਤਾਂ ਕਰਦੇ ਹੋਗੇ ਜਿਵੇਂ ਪਰਿਵਾਰ ਨਾਲ ਤਾਂ ਫਿਰ ਟੁੱਟੇ ਜਾਂਦਾ ਬੰਦਾ? ਬਿਲਕੁਲ ਜੀ, ਮੈਂ ਹੁਣ ਸੈਚਰਡੇ ਨਾਈਟ ਆਉਂਦਾ ਸੀਗਾ ਅਤੇ ਮਤਲਬ ਕਿ ਸੈਚਰਡੇ ਨਾਈਟ ਆ ਗਿਆ, ਸੰਡੇ ਦੀ ਦੁਪਹਿਰ ਤੱਕ ਵਾਪਸ ਫਿਰ ਕੰਮ 'ਤੇ, ਈਵਨ ਕਿ ਸੰਡੇ ਵੀ ਕਈ ਵਾਰੀ ਲਾਉਣਾ ਹੀ ਪੈਂਦਾ ਕਿਉਂਕਿ ਜਿਹਦੇ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਵੀ ਕੰਮ ਮਤਲਬ ਜੇ ਕਰਨਾ ਹੈ ਜੇ ਡੇ ਨਾਈਟ ਕਰਨਾ ਹੈ ਤਾਂ ਫਿਰ ਮੇਰੇ ਹਿਸਾਬ ਨਾਲ ਹੀ ਕਰਨਾ ਪਊਗਾ, ਠੀਕ ਹੈ। ਉਹ ਹੁਣ ਸੰਡੇ ਵੀ ਕਈ ਵਾਰੀ ਲੱਗ ਜਾਂਦਾ ਸੀ ਪਰ ਉਹ ਵੀ ਕੋਈ ਐਡੀ ਗੱਲ ਨਹੀਂ ਸੀ, ਉਹ ਆਪਣੀ ਮਰਜ਼ੀ ਸੀ ਵੀ ਚੱਲ ਐਂ ਸੀਗਾ ਵੀ ਚੱਲ ਆਪਾਂ ਇੱਥੇ ਰਹਿਣਾ ਨਹੀਂ, ਵੀ ਜਿਹੜਾ 2-4 ਸਾਲ ਲੱਗਦੇ ਆ ਖਿੱਚ ਕੇ ਲਾ ਕੇ ਪਿੰਡ ਹੀ ਜਾਣਾ। ਫਿਰ ਕਿਵੇਂ ਮਨ 'ਚ ਆਇਆ ਵੀ ਪੀ ਆਰ ਛੱਡ ਕੇ ਵੀ ਇੱਥੇ ਆਉਣਾ? ਵਾ ਇੱਥੇ ਜਾ, ਮੈਂ ਅਸਲ 'ਚ 5 ਸਾਲ ਉੱਥੇ ਲਾਏ ਨੇ, 5 ਸਾਲ ਦੇ ਵਿੱਚੋਂ 6 ਮਹੀਨੇ ਉੱਧਰ, 6-7 ਮਹੀਨੇ ਉੱਧਰ ਲਾਉਂਦੇ, 6 ਮਹੀਨੇ ਮੈਂ ਇੱਥੇ ਲਾਉਂਦਾ, ਮੇਰਾ ਇੱਥੋਂ ਮੋਜਾ ਟੁੱਟਿਆ ਹੀ ਨਹੀਂ ਹੈ। ਲੋਕ ਤਾਂ ਲੱਖਾਂ ਰੁਪਏ ਖਰਚ ਕਰਕੇ ਪੀ ਆਰ ਲੈਣ ਵਾਸਤੇ ਜਾਂਦੇ ਨੇ, ਤੁਸੀਂ ਛੱਡ ਗਏ ਆਗੇ? ਮੈਂ ਜਿੰਨਾ ਚਿਰ ਕੈਨੇਡਾ ਰਿਹਾ ਮੈਂ ਤਾਂ ਵੀ ਖੇਤੀ ਨਹੀਂ ਛੱਡੀ, ਮੈਂ ਤਾਂ ਵੀ ਕਰਦਾ ਰਿਹਾ ਇੱਥੇ ਵੀ 6 ਮਹੀਨੇ ਵਾਸਤੇ ਬੰਦਾ ਰੱਖ ਜਾਂਦਾ ਆ ਕੇ ਫਿਰ ਆਪਣਾ ਕਰਦਾ। ਲੱਖਾਂ ਰੁਪਏ ਤਾਂ ਉੱਧਰ ਵੀ ਕਮਾਉਂਦੇ, ਕਹਿੰਦੇ ਲੱਖਾਂ ਰੁਪਏ ਤੁਸੀਂ ਇੱਥੇ ਵੀ ਕਮਾਉਂਦੇ ਹੋ, ਕੀ ਕਾਰਨ ਹੈ ਇੱਥੇ? ਇੱਥੇ ਹੁਣ ਕੰਮ ਹੁਣ ਮੇਰੇ ਕੋਲ ਇੱਥੇ ਮੈਂ 2 ਕੰਬਾਈਨਾਂ ਨੇ ਜੀ, ਰੀਪਰ ਵੀ ਆ, ਇੱਕ ਲੇਜ਼ਰ ਵੀ ਰੱਖਿਆ, ਮਤਲਬ ਕਿ ਖੇਤੀ ਦਾ ਸਾਰਾ ਸੰਦ ਕਰਨੇ, ਇੱਕ ਤਾਂ ਬਿਜ਼ੀ ਰਹੀਦਾ ਸਾਰਾ ਦਿਨ, ਟਾਈਮ ਨਹੀਂ ਹੈਗਾ ਬਿਲਕੁਲ ਵੀ, ਉੱਥੇ ਵਾਲਾ ਸਿਸਟਮ ਜਿਵੇਂ ਉੱਥੇ ਬਿਜ਼ੀ ਰੱਖਣਾ, ਆਪਣੇ ਆਪ ਨੂੰ ਇੱਥੇ ਬਿਜ਼ੀ ਰੱਖਿਆ, ਪੈਸੇ ਚੱਲ ਠੀਕ ਉਹਨਾਂ ਥੋੜ੍ਹੇ ਘੱਟ ਬਣਦੇ ਨੇ ਪਰ ਐਂ ਵੀ ਆਪਣੀ ਲਾਈਫ ਬਿਜ਼ੀ ਆ ਵਧੀਆ, ਆਪਣੇ ਸ਼ਾਮ ਨੂੰ ਘਰ ਆਉਂਦੇ, ਆਪਣੇ ਬੱਚਿਆਂ 'ਚ ਖੇਡਦੇ, ਰਿਸ਼ਤੇਦਾਰੀ ਜਾਂਦੇ, ਕੋਈ ਵਿਆਹ ਸ਼ਾਦੀ ਆ ਗਈ, ਕਿਤੇ ਕੁਛ ਹੋ ਗਿਆ। ਹੁਣ ਉੱਥੇ ਨਾ ਮੇਰੇ ਚਾਚਾ ਦੀ ਡੈਥ ਹੋਈ, ਮੈਂ ਉੱਥੇ ਸੀਗਾ, ਆਈ ਨਹੀਂ ਸਕਿਆ, ਫਿਰ ਉਹ ਵੀ ਬੜਾ ਲੱਗਿਆ ਵੀ ਕੀ ਆ ਵੀ ਸਾਡਾ ਆਪਣਾ ਪਰਿਵਾਰ ਦਾ ਮੈਂਬਰ ਜਾਂਦੇ ਵੀ ਨਹੀਂ ਵੇਖਿਆ ਮੈਂ,
ਪਰਿਵਾਰ ਨਾਲ ਟੁੱਟ ਜਾਂਦਾ ਕਹਿਣ ਦਾ ਮਤਲਬ ਹੁੰਦਾ ਜੀ ਬਾਹਰ ਆਉਂਦਾ। ਉੱਥੇ ਜਾ ਕੇ ਪਤਾ ਕਿ ਜਿਹੜੇ ਜਿਵੇਂ ਹੁਣ ਇੱਥੇ ਲੱਖਾਂ ਰੁਪਏ ਲਾ ਕੇ ਚੱਲ ਤਾਂ ਜਾਂਦੇ ਨੇ, ਚਲੋ ਠੀਕ ਆ ਉਹ ਕਹਿ ਦੇਣਗੇ, ਪਰ ਉਹ ਇੰਨੇ ਸੌਖੇ ਨਹੀਂ ਹੈਗੇ। ਉਦੋਂ ਬਾਅਦ 5-7 ਸਾਲ ਤਾਂ ਉਹਨਾਂ ਨੂੰ ਬੜੀ ਸਟਰਗਲ ਕਰਨੀ ਪੈਂਦੀ ਆ ਫਿਰ ਕਿਤੇ ਜਾ ਕੇ ਕੁਛ, ਫਿਰ ਉਹਨਾਂ ਜਦੋਂ 5-7 ਸਾਲ ਲੰਘ ਜਾਂਦੇ ਨੇ ਫਿਰ ਅਗਲਾ ਉਹਨਾਂ ਸਿਸਟਮ ਉੱਧਰ ਦੇ 'ਚ ਢਲ ਜਾਂਦਾ ਬੰਦਾ, ਫਿਰ ਉਹਨਾਂ ਕੋਲ ਇੱਥੇ ਰਿਹਾ ਵੀ ਨਹੀਂ ਜਾਂਦਾ। ਫਿਰ ਇਹ ਉਹਨਾਂ ਨਾ ਜਿਵੇਂ ਹੁਣ ਮੈਂ ਤਾਂ ਸੀਗਾ ਵੀ ਚੱਲ ਮੇਰੇ ਤਾਂ ਮਨ 'ਚ ਹੀ ਸੀ ਮੈਂ ਰਹਿਣਾ ਹੀ ਨਹੀਂ, ਪਹਿਲੇ ਦਿਨੋਂ ਹੀ ਸੀ, ਇਹ ਨਹੀਂ ਸੀ ਵੀ ਮੈਂ ਉੱਥੇ ਜਾ ਕੇ ਮਨ ਬਦਲਾਇਆ ਨਹੀਂ। ਵੀ ਉੱਥੇ ਜਾ ਕੇ ਇਸ ਨੇ ਅਸੀਂ ਗਏ ਸੀ ਬਲਵਿੰਦਰ ਨਾਲ ਸੀਗਾ, ਅਤੇ ਜਿੱਦਾਂ ਮੇਰਾ ਵੀਜ਼ਾ ਲੱਗਿਆ ਮੈਂ ਟਰੈਕਟਰ ਚੇਂਜ ਕੀਤਾ ਸੀ, ਪਹਿਲਾਂ ਮੇਰੇ ਕੋਲ ਫਾਰਮ ਟਰੈਕ 60 ਸੀ, ਵੇਚ ਕੇ ਮੈਂ ਕਿਹਾ ਵੀ ਅਰਜਨ ਲੈਣਾ, ਅਸੀਂ ਏਜੰਸੀ ਚੱਲ ਗਏ ਪੈਸੇ ਵੀ ਦੇਤੇ ਟਰੈਕਟਰ ਵੀ ਬਾਹਰ ਕਢਾ ਲਿਆ। ਇੱਧਰੋਂ ਫੋਨ ਆ ਗਿਆ ਮੈਨੂੰ, ਕਹਿੰਦੇ ਬਾਹਰੋਂ ਫੋਨ ਆ, ਕਹਿੰਦੇ ਵਧਾਈਆਂ ਬਾਈ। ਮੈਂ ਕਾਹਦੀਆਂ ਜੀ? ਕਹਿੰਦੇ ਵੀ ਮੈਂ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਮੈਨੂੰ ਅਸੀਂ ਟਰੈਕਟਰ ਜਾਂਦੇ ਜਾਂਦੇ ਨੇ, ਕਹਿੰਦੇ ਤੇਰਾ ਵੀਜ਼ਾ ਲੱਗ ਗਿਆ। ਉਹ ਮੈਨੂੰ ਵੀਜ਼ਾ ਲੱਗੇ ਤਾਂ ਖੁਸ਼ੀ ਨਹੀਂ, ਮੈਨੂੰ ਟਰੈਕਟਰ ਛੱਡਣ ਦਾ ਦੁੱਖ ਲੱਗ ਗਿਆ ਵੀ ਸਾਲਾ ਵੀ ਟਰੈਕਟਰ ਛੱਡ ਕੇ ਜਾਣਾ ਪੈ ਗਿਆ। ਫਿਰ ਮੈਂ ਲਿਆ ਜ਼ਰੂਰ ਉਹ, ਪਰ ਜੇ 6 ਮਹੀਨੇ ਬਾਅਦ ਆ ਕੇ ਫਿਰ ਆ ਕੇ ਲਿਆ। ਕਿੰਨਾ ਟਾਈਮ ਰਹਿੰਦੇ ਸੀ ਉੱਧਰ? 6 ਕੁ ਮਹੀਨੇ, ਪਹਿਲੇ ਜਿਹੜਾ 14 'ਚ ਗਿਆ ਉਹਦਾ 9 ਮਹੀਨੇ ਲਾ ਗਿਆ, ਉਸ ਤੋਂ ਬਾਅਦ 6-7 ਮਹੀਨੇ ਰਹੇ। ਹੁਣ ਕਿੰਨੇ ਸਾਲ ਹੋ ਗਏ ਗਏ ਨਹੀਂ? ਹੁਣ ਤੁਸੀਂ 19 'ਚ ਵਾਪਸ ਆ ਗਏ ਜੀ? ਮੁੜ ਕੇ ਨਹੀਂ ਇੱਧਰ ਆਪਦਾ ਕੰਮ ਕਾਰ ਸੰਭਾਲ, ਆਪਣਾ ਕੰਮ ਕਰਦੇ ਕਰਦੇ? ਹਾਂ, ਐਂ ਤਾਂ ਵੀ ਚੱਲ ਹੁਣ ਮੇਰੇ ਮਾਮੇ ਦੇ ਮੁੰਡੇ ਨੇ ਉਹ ਅਮੈਰੀਕਾ ਰਹਿੰਦੇ ਨੇ, ਉਹਨਾਂ ਦਾ ਕੰਮ ਵੀ ਬਹੁਤ ਵੱਡੇ ਵਧੀਆ, ਮਤਲਬ ਟਰਾਲੇ ਟਰੂਲੇ ਆਪਣੇ ਨੇ, ਉਹ ਬੜਾ ਜ਼ੋਰ ਲਾਉਂਦੇ ਤੂੰ ਇੱਥੇ ਆ ਜਾ ਨਾ ਆ ਜਾ ਕਨੇਡਾ ਸਾਡੇ ਕੋਲ ਆ ਜਾ। ਮੈਂ ਨਹੀਂ ਯਾਰ, ਮੈਨੂੰ ਦਿਲ ਹੀ ਨਹੀਂ ਕਰਦਾ ਜਾ। ਹੋਰ ਦੇਸ਼ ਦੇ ਵੀ ਤੁਹਾਡੀ ਲੱਗੀ ਪਈ ਹੋ ਵੀਜ਼ਾ? ਹੋਰ ਦੇਸ਼ ਦਾ? ਹਾਂ, ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਿਆ ਸੀ। ਉੱਥੇ ਵੀ ਨਹੀਂ ਨਹੀਂ ਜਾ, ਹੁਣ ਐਤਕੀ ਸਲਾਹ ਉਹਨਾਂ ਨੂੰ ਮਿਲ ਕੇ ਆਊਂ ਜ਼ਰੂਰ, ਪਰ ਉਹ ਨਹੀਂ ਜਾਣਾ ਵੀ ਇੱਥੇ ਰਹਿਣ। ਨੌਜਵਾਨ ਪੀੜ੍ਹੀ ਜ਼ਿਆਦਾਤਰ ਤਾਂ ਜਿਹੜੀ ਜਾ ਰਹੀ ਆ ਉਹਨਾਂ ਦੇ ਸਿਰਫ ਮੇਰੇ ਹਿਸਾਬ ਨਾਲ ਤਾਂ ਵੀ ਪਰਿਵਾਰ ਨੂੰ ਇੱਥੇ ਜਿਵੇਂ ਰੋਕ ਟੋਕ ਆ, ਚਾਹੇ ਇੱਥੇ ਹੁਣ ਤੱਕ ਵੀ ਜਿਵੇਂ ਮੈਂ ਸਾਰਾ ਕੁਝ ਮੈਂ ਆਪਣੇ ਹੱਥੀਂ ਕਰਾਂ, ਫਿਰ ਵੀ ਮੈਨੂੰ ਸ਼ਾਮ ਨੂੰ ਮਾਤਾ ਦਾ ਫੋਨ ਆ ਜਾਂਦਾ ਕਿ ਇੱਥੇ ਤੂੰ ਘਰ ਨਹੀਂ ਆਇਆ। ਹੁਣ ਇੱਥੇ ਸਰ ਟੋਕ ਸਾਰੇ ਨੂੰ ਹੁੰਦੀ ਹੈ, ਉੱਥੇ ਕੋਈ ਪੁੱਛਣ ਵਾਲਾ ਨਹੀਂ। ਜ਼ਿਆਦਾ ਕਾਰਨ ਮੈਨੂੰ ਤਾਂ ਲੱਗਦਾ ਇਹੀ ਹੈ ਵੀ ਉੱਥੇ ਨਾ ਜੇ ਕੋਈ ਕੁੜੀ ਹੈ ਚਾਹੇ ਕੋਈ ਮੁੰਡਾ ਹੈ, ਕੋਈ ਨਹੀਂ ਪੁੱਛਦਾ ਕਿੱਥੇ ਰਹਿੰਦਾ, ਕਿਉਂ ਆਇਆ, ਕਿੱਥੇ ਗਿਆ, ਤਾਂ ਫੋਨ 'ਤੇ ਕਹਿਣਾ ਕਿੱਥੇ ਕੰਮ 'ਤੇ ਆ, ਬਸ ਖੁੱਲ੍ਹ ਮਿਲ ਜਾਂਦੀ ਹੈ। ਸਰਕਾਰ ਨੂੰ ਕੀ ਕਹੋਗੇ? ਨੌਜਵਾਨਾਂ ਲਈ ਕਿਹੋ ਜਿਹਾ ਮਾਹੌਲ ਚਾਹੀਦਾ ਉੱਥੇ ਵੀ ਨਾ ਜਾਣ ਵਿਦੇਸ਼ਾਂ? ਸਰਕਾਰ ਨੂੰ ਇਹੀ ਤਾਂ ਹੁਣ ਜਿਵੇਂ ਪਹਿਲਾਂ ਇਹਨਾਂ ਤੋਂ ਉਮੀਦ ਸੀਗੀ ਥੋੜ੍ਹੀ ਜੀ ਵੀ ਜਿਵੇਂ ਕਰਦੇ ਸੀ ਕਾ ਰੋਜ਼ਗਾਰ ਦਾ, ਵੀ ਚੱਲ ਜੇ ਇੱਥੇ ਰੋਜ਼ਗਾਰ ਮਿਲੇ ਤਾਂ ਕਿਉਂ ਕੋਈ ਬਾਹਰ ਜਾਏ। ਇਹਨਾਂ ਦਾ ਹੈ ਤਾਂ ਹੈ, ਆਪਣੇ ਫਰਕ ਤਾਂ ਜ਼ਰੂਰ ਆ, ਕੰਮ ਕਰਦਾ ਵੀ ਇੱਥੇ ਜੋਬ ਤਾਂ ਨਹੀਂ ਮਿਲਦੀ ਛੇਤੀ। ਮੇਨ ਕਾਰਨ ਤਾਂ ਇਹ ਜੋਬ ਨਹੀਂ ਮਿਲਦੀ ਆਲਾ 20 ਲੱਖ ਰੁਪਏ, ਪਰ ਜੋਬ ਤੱਕ ਕੋਈ ਪਹੁੰਚਦਾ ਵੀ ਨਹੀਂ। ਹੁਣ ਅਗਲਾ +2 ਕਰਾਉਂਦਾ ਆਈਲੈਟਸ ਕਰਾ ਦਿੰਦਾ, ਹੁਣ ਕੋਸ਼ਿਸ਼ ਵੀ ਨਹੀਂ ਕੋਈ ਕਰਦਾ ਪਿਆ ਵੀ ਜੋਬ ਤੱਕ ਜਾਣ ਦੀ ਕੋਸ਼ਿਸ਼, ਕੋਈ ਕੌਣ ਕਰਦਾ, ਕੋਈ ਵੀ ਨਹੀਂ ਕਰਦਾ। ਮਤਲਬ ਕੀ ਨਾਮ ਆ ਜੀ ਆਪਣਾ? ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਤੁਸੀਂ ਜਿਹੜੇ ਟੀਚਰ ਵੀ ਰਿਟਾਇਰ ਹੋ, ਪੜ੍ਹੇ ਲਿਖੇ ਹੋਗੇ, ਤੁਸੀਂ PR ਵੀ ਹੋ ਗਏ ਸੀ, ਫਿਰ ਛੱਡ ਕੇ ਆ ਗਏ, ਕੀ ਕਾਰਨ ਆ, ਕਿਸ ਤਰ੍ਹਾਂ ਦਾ ਉੱਥੇ ਮਾਹੌਲ ਸੀ, ਕਿਉਂ ਨਹੀਂ ਵਧੀਆ ਲੱਗਿਆ, ਤੁਸੀਂ ਤੁਹਾਨੂੰ ਇੱਥੇ ਆਉਣਾ ਪੈ ਗਿਆ? ਮੈਂ ਆਪਣੇ ਬੇਟੇ ਕਰਕੇ ਆਈ ਹਾਂ ਜੀ, ਉਹ ਆ ਗਿਆ ਸੀ, ਮੇਰਾ ਵੀ ਨਹੀਂ ਦਿਲ ਲੱਗਿਆ ਜੀ, ਹੋਰ ਮੈਂ ਸਭ ਕੁਝ ਠੀਕ ਸੀ, ਮੇਰੀ ਬੇਟੀ ਸੀ ਜੀ ਉੱਥੇ, ਮੈਂ ਤਾਂ ਆਪਣੇ ਬੇਟੇ ਕਰਕੇ ਆਈ ਹਾਂ। ਕਿੰਨੀ ਵਾਰ ਗਈ ਸੀ ਤੁਸੀਂ? 3 ਵਾਰ ਗਈ ਹਾਂ ਜੀ। ਕਿੰਨਾ ਕਿੰਨਾ ਟਾਈਮ ਲੱਗ ਗਿਆ? 6-6 ਮਹੀਨੇ, ਪਹਿਲੀ ਵਾਰ ਤਾਂ 9 ਮਹੀਨੇ ਅਸੀਂ ਦੋਵੇਂ ਇਕੱਠੇ ਹੀ ਗਏ ਸੀ ਅਤੇ ਇਕੱਠੇ ਹੀ ਵਾਪਸ ਆਏ ਸੀ, ਫਿਰ ਉਸ ਤੋਂ ਬਾਅਦ 6-6 ਮਹੀਨੇ ਲਾ ਕੇ ਫਿਰ ਵਾਪਸ ਆਏ। ਜਦੋਂ ਇਹ ਕੰਮ 'ਤੇ ਚਲੇ ਜਾਂਦੇ ਟਰੱਕ ਚਲਾਉਣ, ਫਿਰ ਪਿੱਛੋਂ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਸੀ, ਤੁਹਾਨੂੰ ਕਿਸ ਤਰ੍ਹਾਂ ਟਾਈਮ ਕੱਢਣਾ ਔਖਾ ਹੁੰਦਾ ਸੀ? ਮੈਂ ਕੰਮ ਕਰਨ ਹਿਲੀ ਹਾਂ ਜੀ, ਮੈਂ ਆਪਣੀ ਡਿਊਟੀ 'ਤੇ ਜਾਂਦੀ, ਸਾਰਾ ਕੰਮ ਆਪ ਕਰਕੇ ਜਾਂਦੀ ਸੀ ਜੀ, ਅਤੇ ਇਹਨੂੰ ਮੈਂ ਸਾਈਕਲ 'ਤੇ ਮੁੰਡੇ ਆਪਣੇ ਨੂੰ ਛੱਡ ਕੇ ਆਉਂਦੀ ਸੀ, ਰਿਕਸ਼ਾ ਲਾਇਆ ਸੀਗਾ, ਮੇਰੀ ਬੇਟੀ ਫਿਰ ਆਣ ਕੇ ਰੋਂਦੀ ਸੀ, ਕਹਿੰਦੀ ਇਹ ਰਿਕਸ਼ੇ ਤੋਂ ਛਾਲ ਮਾਰ ਦਿੰਦਾ, ਮੈਨੂੰ ਔਖਾ, ਫਿਰ ਮੈਂ ਆਪ ਇਹਨੂੰ ਛੱਡ ਕੇ ਆਉਂਦੀ ਸੀ, ਫਿਰ ਮੈਂ ਆਪਣੇ ਸਕੂਲ 'ਚ ਜਾਂਦੀ। ਇੱਥੇ ਦਾ ਜਿਹੜਾ ਹੈਗਾ ਕਲਚਰ ਆ, ਤੁਸੀਂ ਤਾਂ ਇੱਥੇ ਮਿਲਦੇ ਹੋ, ਜਿਵੇਂ ਇੱਥੇ ਪਿੰਡ ਵਿੱਚ ਚਲੇ ਜਾਂਦੇ ਹੋ ਮਿਲਣ ਵਾਸਤੇ, ਉੱਥੇ ਤਾਂ ਇਸ ਤਰ੍ਹਾਂ ਦਾ? ਨਹੀਂ ਜੀ ਨਹੀਂ, ਉੱਥੇ ਤਾਂ ਜਿਹੜੀ ਕੋਈ ਰਿਸ਼ਤੇਦਾਰੀ ਹੈਗੀ, 1 ਮਹੀਨੇ ਬਾਅਦ ਕਿਤੇ ਗੁੱਡੀਆਂ ਨੇ ਜਾਣਾ, ਉਹਨਾਂ ਦਾ ਇੱਕ ਤਾਇਆ ਸਹੁਰਾ ਸੀ, ਤਾਈ ਸੱਸ ਸੀ, ਉੱਥੇ ਜੇ ਜਾਣਾ, ਜੇ ਭੂਆ ਸੀ, ਤਾਂ 1-2 ਮਹੀਨੇ ਬਾਅਦ ਜਾਣਾ, 1-2 ਘੰਟੇ ਬਾਅਦ ਵਾਪਸ ਆ ਜਾਣਾ। ਤੁਹਾਡੀ ਜੱਜਮੈਂਟ ਕੀ ਹੈ? ਤੁਸੀਂ ਵੀ ਪੜ੍ਹੇ ਲਿਖੇ ਹੋ, ਵੀ ਇੰਨੀ ਜਿਹੜੀ ਹੈਗੀ ਆ ਹੋੜ ਕਿਉਂ ਲੱਗੀ ਹੋਈ ਆ ਬਾਹਰ ਦੀ, ਵੀ ਫੋਰਨ ਹੀ ਜਾਣਾ? ਇੱਥੇ ਕੋਈ ਕੰਮ ਨਹੀਂ ਜੇ ਮਿਲਦਾ, ਬੱਚੇ ਵਿਚਾਰੇ ਕੀ ਕਰੋਗੇ, ਬਹੁਤੀ ਤਾਂ ਦਿੱਕਤ ਕੰਮ ਹੁੰਦੀ ਹੈ, ਕੁਛ ਬੱਚੇ ਪੜ੍ਹੇ ਘੱਟ ਨੇ, ਕੁਛ ਕੰਮ ਮਿਲਦਾ ਕੋਈ ਨਹੀਂ। ਤੁਸੀਂ ਕੀ ਕਹਿਣਾ ਚਾਹੁੰਦੇ ਨੌਜਵਾਨ ਪੀੜ੍ਹੀ ਨੂੰ? ਤੁਸੀਂ ਤਾਂ ਇੱਥੇ ਆ ਗਏ, ਤੁਹਾਨੂੰ ਜੇ ਗਵਰਨਮੈਂਟ ਦੇਵੇ ਜੀ ਕੰਮ, ਨੌਕਰੀਆਂ ਦੇਵੇ ਪੜ੍ਹਿਆਂ ਲਿਖਿਆਂ ਨੂੰ, ਤਾਂ ਕੋਈ ਵੀ ਨਾ ਜਾਵੇ ਜੀ, ਮੈਂ ਤਾਂ ਕੀ ਕਹਿਣਾ ਜੀ, ਇਹ ਤਾਂ ਗਵਰਨਮੈਂਟ ਨੂੰ ਆਪ ਸੋਚਣਾ ਚਾਹੀਦਾ। ਤੁਸੀਂ ਇੱਥੇ ਖੁਸ਼ ਹੋ ਹੁਣ ਇੱਥੇ ਆ ਕੇ ਇੱਥੇ? ਹਾਂਜੀ, ਮੇਰਾ ਬੇਟਾ ਬਹੁਤ ਵਧੀਆ ਜੀ, ਮੈਂ ਤਾਂ ਖੁਸ਼ ਹਾਂ, ਮੈਨੂੰ ਕੋਈ ਕੰਮ ਨਹੀਂ ਕਰਨਾ, ਸਾਰਾ ਦਿਨ ਮੈਂ ਵਿਹਲੀ ਕਦੇ ਕਿਤੇ, ਕਹਿੰਦੇ ਜਿੱਥੇ ਮਰਜ਼ੀ ਜਾਓ ਐਸ਼ ਕਰੋ, ਪਰ ਰਾਤ ਨੂੰ ਘਰ ਆ ਜਾਇਆ ਕਰੋ, ਕੰਮ ਕਰਨ ਦੀ ਲੋੜ ਨਹੀਂ, ਨੂੰ ਮੇਰੀ ਇਸ ਤੋਂ ਬਹੁਤ ਹੀ ਚੰਗੀ ਹੈ।
ਹਾਂਜੀ ਨਹੀਂ ਮੁੰਡੇ ਦਾ ਇਹਦਾ ਬਹੁਤ ਸੋਹਣਾ ਫੈਸਲਾ ਸੀ ਮਨਮੀਤ ਵੀਰ ਦਾ, ਸਾਨੂੰ ਵੀ ਵਧੀਆ ਲੱਗਿਆ ਜੀ। ਅਤੇ ਆ ਕੇ ਮੁੰਡਾ ਇੱਥੇ ਬਹੁਤ ਸੋਹਣੀ ਮਿਹਨਤ ਕਰ ਰਿਹਾ ਜੀ, ਇਹਨੇ ਹੁਣ ਇੱਥੇ ਕੰਬਾਈਨ ਰੱਖੀ ਹੈ, ਰੀਪਰ ਰੱਖਿਆ, ਕੰਪਿਊਟਰ ਕਰਾਹ ਰੱਖਿਆ ਜੀ, ਅਤੇ ਮੱਡ ਲੋਡਰ ਵੀ ਰੱਖਿਆ ਜਿਹੜਾ ਹੱਥੀਂ ਕੰਮ ਕਰਦਾ ਜੀ ਇਹ। ਅਤੇ ਸੋਹਣਾ ਫੈਸਲਾ ਇਹ ਤਾਂ, ਮੈਂ ਹੁਣ ਪਿੱਛੇ ਜੀ ਅਸੀਂ ਨਕੋਦਰ ਵੱਲ ਜਾਣ ਦਾ ਮੌਕਾ ਮਿਲਿਆ ਸੀ ਜੀ, ਅਤੇ ਬਹੁਤ ਸੋਹਣੀਆਂ ਸੋਹਣੀਆਂ ਕੋਠੀਆਂ ਵਿਖੀਆਂ ਜਿਨ੍ਹਾਂ ਦੇ ਵਿੱਚ ਬਈਏ ਰਹਿ ਰਿਹਾ ਜੀ। ਅਤੇ ਅਸੀਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਬਈਏ 5 ਤੋਂ 10 ਹਜ਼ਾਰ ਰੁਪਏ ਇੱਕ ਕੋਠੀ ਨੂੰ ਸਾਂਭਣ ਦਾ ਲੈਂਦੇ ਆ, ਸਾਰਾ ਦਾ ਸਾਰਾ ਪਰਿਵਾਰ ਬਈਏ ਉੱਥੇ ਆਏ ਹੋਏ ਆ, ਰਾਤ ਨੂੰ 2-2 ਬਈਏ ਇੱਕ ਕੋਠੀ 'ਚ ਸੌਂ ਜਾਂਦੇ ਆ। ਅਤੇ ਬੜਾ ਵੇਖ ਕੇ ਅਜੀਬ ਜਿਹਾ ਲੱਗਿਆ, ਵਧੀਆ ਵੀ ਨਹੀਂ ਲੱਗੀ ਉਹ ਗੱਲ, ਅਤੇ ਪਰ ਇਹ ਮੁੰਡੇ ਨੇ ਸੋਹਣੀ ਗੱਲ ਕੀਤੀ, ਵਾਪਸ ਆਇਆ ਜੀ, ਅਤੇ ਮਿਹਨਤ ਵੀ ਬਹੁਤ ਸੋਹਣੀ ਕਰਦਾ। ਕੀ ਲੱਗਦਾ ਗਾ ਜਿਹੜਾ ਹੈਗਾ, ਜਿਹੜੀ ਦੌੜ ਕਿਉਂ ਲੱਗੀ ਹੋਈ ਆ, ਕੀ ਮੰਨਦੇ ਤੁਸੀਂ? ਦੌੜ ਲੱਗੀ ਹੋਈ ਜੀ, ਇੱਧਰ ਨੌਕਰੀਆਂ ਨਹੀਂ ਮਿਲਦੀਆਂ, ਜਿੰਨਾ ਬੱਚੇ ਪੜ੍ਹੇ ਲਿਖੇ ਆ ਸੇਫ ਨਹੀਂ ਹੈਗੇ, ਤੁਸੀਂ ਦੇਖੀ ਮੂਸੇ ਵਾਲਾ ਕੇਸ ਕੀ ਹੋਇਆ, ਹਰੇਕ ਬੰਦਾ ਡਰਦਾ ਇੱਧਰੋਂ। ਹੋਰ ਨੰਗਲ ਅੰਬੀ ਆ ਦੇਖੋ, ਕਬੱਡੀ ਖਿਡਾਰੀ ਗਿਆ, ਇੱਥੇ ਸੇਫਟੀ ਨਹੀਂ ਹੈਗੀ ਜੀ, ਅੱਧੇ ਤਾਂ ਡਰਦੇ ਜਾਈ ਜਾਂਦੇ ਨੇ, ਫਿਰ ਕੰਮ ਨਹੀਂ ਮਿਲਦੇ ਜੀ। ਸਰਕਾਰਾਂ ਨੂੰ ਚਾਹੀਦਾ ਗੌਰ ਕਰਨੀ ਚਾਹੀਦੀ ਹੈ ਗੱਲਾਂ ਵੱਲ ਜੀ। ਜਿਵੇਂ ਪਰਿਵਾਰ ਦੀ ਪਰਿਵਾਰ ਤਾਂ ਇੱਥੇ ਰੁਲੇ ਰਹੇ ਨੇ, ਇੱਥੇ ਪਰਿਵਾਰ ਤਾਂ ਪਰਿਵਾਰ ਰੁਲੇ ਰਹੇ ਨੇ, ਬਜ਼ੁਰਗ ਇੱਥੇ ਇਕੱਲੇ ਰਹਿ ਰਹੇ ਨੇ, ਕੀ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਤਾਂ ਬਜ਼ੁਰਗ ਹੀ ਹੋਣਗੇ ਫਿਰ? ਹਾਂ ਸਹੀ ਗੱਲ ਹੈ ਜੀ, ਜਿਵੇਂ ਲੱਗੀ ਤਾਂ ਇੱਦਾਂ ਹੀ ਆ ਰਿਹਾ, ਜਿਵੇਂ ਸਾਰੇ ਬਾਹਰ ਜਾਈ ਜਾਂਦੇ, ਬਜ਼ੁਰਗ ਰਹਿ ਜਾਣਗੇ ਇੱਥੇ। ਹੁਣ ਕਿਸੇ ਕੋਈ ਬੱਚਾ 10ਵੀਂ ਪਾਸ ਕਰਦਾ, ਉਹਨੂੰ ਕੁਛ ਪੁੱਛ ਲਓ, ਕਹੂਗਾ ਵੀ ਮੈਂ ਤਾਂ ਬਾਹਰ ਹੀ ਜਾਣਾ। ਜੇ ਉਹਨੂੰ ਇੱਥੇ ਕਰ ਲਓ, ਤੁਸੀਂ ਵੀ IPS IAS ਬਣ ਜਾਓ, ਤਿਆਰੀ ਕਰ ਲਓ, ਸਾਰੇ ਦੂਜੀਆਂ ਸਟੇਟਾਂ ਦੀ ਲੱਗੀ ਜਾ ਰਹੇ ਅਫਸਰ, ਕੋਈ ਉਸ ਬੱਚਾ ਉਸ ਵੱਲ ਜਾਣ ਨੂੰ ਤਿਆਰ ਹੀ ਨਹੀਂ ਹੈਗਾ ਜੀ। ਇਹ ਤਾਂ ਫਿਰ ਹੁਣ ਪੰਜਾਬ ਦੇ ਹੁਣ ਹਾਲਾਤ ਜੇ ਆਪਾਂ ਲੰਮਿਆਂ ਸੋਚੀਏ ਤਾਂ ਦਿਲ ਨੂੰ ਥੋੜ੍ਹਾ ਖਰਾਬ ਕਰਨ ਵਾਲੀ ਆ ਜੀ। ਤੁਹਾਡੇ ਪਿੰਡ ਦੇ ਕਿੰਨੇ ਕੁ ਗਏ ਹੋਏ ਨੇ ਇੱਥੇ ਬੱਚੇ ਜਾਂ ਪਰਿਵਾਰ? ਕਾਫੀ ਗਏ ਹੋਏ ਜੀ, ਸਾਡੇ ਨਵੇਂ ਪਰਿਵਾਰ ਕਾਫੀ ਚੱਲ ਗਏ। ਇਹ ਮਨਮੀਤ ਵੀਰ ਆ ਗਿਆ, ਇਹਦੀ ਸਾਰੀ ਫੈਮਿਲੀ ਬਾਹਰ ਹੈ, ਇਹਦੇ ਤਾਇਆ ਜੀ ਦੇ ਬੇਟੇ, ਚਾਚਾ ਜੀ ਦੇ ਬੇਟੇ, ਆਨੇ ਇਹਦੀ ਕੋਠੀ ਦੇ ਨਾਲ ਵਾਲੀਆਂ ਕੋਠੀਆਂ ਖਾਲੀ ਆ ਜੀ। ਇਹ ਵੀਰ ਨੇ ਬੜਾ ਸੋਹਣਾ ਫੈਸਲਾ ਕੀਤਾ, ਵਾਪਸ ਆ ਗਿਆ। ਕਈਆਂ ਨੇ ਮਨ ਵੀ ਬਦਲੇ ਹੋਣਾ ਵੀ ਇਹ ਆ ਗਏ PR ਛੱਡ ਕੇ। ਹਾਂ ਦੇਖਣਗੇ ਜੀ, ਇਹਦੇ ਚਾਚਾ ਜੀ ਦੇ ਬੇਟੇ ਦੇਖਣਗੇ ਜੀ, ਉਹਨਾਂ ਦਾ ਮਨ ਤਾਂ ਕਰਦਾ ਹੀ ਹੋਊਗਾ ਵੀ ਮਨਮੀਤ ਹੁਣ ਆਪਣੇ ਪਿੰਡ ਪੁਰਾਣੇ ਦੋਸਤਾਂ ਕੋਲ ਵਾਪਸ ਚੱਲ ਗਿਆ, ਆਪਣੇ ਖੇਤਾਂ 'ਚ ਵਾਪਸ ਚੱਲ ਗਿਆ, ਆਪਣੇ ਘਰੇ ਬੈਠਾ, ਸ਼ਾਮ ਨੂੰ ਘਰੇ ਵਾਪਸ ਆ ਜਾਂਦਾ। ਇੱਥੇ ਬੜੀ ਸੋਹਣੀ ਖੇਤੀ ਕਰਦਾ, ਆਲੂ ਲਾਉਂਦਾ ਵੀਰੇ, ਮੱਕੀ ਲਾਉਂਦਾ, ਕੰਬਾਈਨਾਂ ਵੀ ਚਲਾਉਂਦਾ, ਬਿਜ਼ੀ ਰਹਿੰਦਾ। ਉੱਥੇ ਤਾਂ ਕਈ ਕਈ ਘੰਟੇ ਸਖਤ ਮਿਹਨਤ ਕਰਨੀ ਪੈਂਦੀ। ਹਾਂਜੀ, ਉੱਥੇ ਆਪ ਹੀ ਦੱਸਦਾ ਵੀ ਮੈਂ 22 ਘੰਟੇ ਟਰੱਕ ਚਲਾਇਆ। ਕਈ ਵਾਰ ਅਸੀਂ ਇਹਨਾਂ ਨੂੰ ਜਿੱਦਾਂ ਗੱਲ ਕਰਨੀ, ਅਤੇ ਅਸੀਂ ਇੱਥੇ ਸੌਂ ਕੇ ਦੁਬਾਰਾ ਉੱਠ ਕੇ ਉਹਨੂੰ ਫਿਰ ਫੋਨ ਲਾ ਲੈਣਾ, ਅਤੇ ਇਹਨੇ ਦੱਸਣਾ ਵੀ ਮੈਂ ਤਾਂ ਹਜੇ ਸੁੱਤੇ ਨਹੀਂ ਹੈਗਾ, ਵੀ ਉਦੋਂ ਦੀ ਜਾਗ ਰਿਹਾ ਸੀ, ਬੜੇ ਹੈਰਾਨ ਹੋਣਾ ਵੀ ਇੰਨਾ ਲੰਮਾ ਸਮਾਂ ਕਿਵੇਂ ਜਾਗ ਲੈਂਦਾ। ਅੱਖਾਂ ਕਈ ਵਾਰ ਵੀਡੀਓ ਕਾਲ 'ਤੇ ਦੇਖਣੇ ਤਾਂ ਸੁੱਜੀਆਂ ਹੁੰਦੀਆਂ ਸੀ ਜਦੋਂ ਉੱਥੇ ਕੈਨੇਡਾ ਕੰਮ ਕਰਦਾ ਸੀ, ਅਤੇ ਉਹ ਵੇਖ ਕੇ ਚੰਗਾ ਤਾਂ ਨਹੀਂ ਸੀ ਲੱਗਦਾ ਹੈਗਾ, ਐਂ ਸਾਨੂੰ ਉਦੋਂ ਐਂ ਲੱਗਦਾ ਵੀ ਅਸੀਂ ਇੱਥੇ ਵਧੀਆ, ਵੀ ਸ਼ਾਮ ਨੂੰ ਘਰੇ ਆਉਂਦੇ ਹਾਂ, ਆਰਾਮ ਨਾਲ ਰਾਤ ਨੂੰ ਸੋਈ ਦਾ, ਸਵੇਰੇ ਉੱਠੀ ਦਾ, ਗੁਰਦੁਆਰਾ ਸਾਹਿਬ ਮੱਥਾ ਟੇਕੀ ਦਾ, ਅਤੇ ਆਪਣੇ ਕੰਮ ਸ਼ੁਰੂ ਕਰ ਲਈਦੇ ਨੇ ਜੀ। ਪੂਰੇ ਪੰਜਾਬ ਦੇ ਵਿੱਚੋਂ ਪਟਿਆਲੇ ਜ਼ਿਲ੍ਹੇ ਦਾ ਪਿੰਡ ਅਲੀਪੁਰ ਸੀਟਾਂ ਵਾਲੇ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਆ। ਇੱਥੋਂ ਦੇ ਇਸ ਪਰਿਵਾਰ ਦੇ ਨਾਲ ਸਾਡਾ ਬਹੁਤ ਨੇੜੇ ਦਾ ਆਉਣਾ ਜਾਣਾ, ਕਿਉਂਕਿ ਇਸ ਪਿੰਡ ਦੇ ਵਿੱਚ ਆਪਣੀ ਇਕਾਈ ਯੂਨੀਅਨ ਦੀ ਪਹਿਲਾਂ ਤੋਂ ਚੱਲਦੀ ਆ ਰਹੀ ਆ, ਜਿਹਦੇ ਵਿੱਚ ਵੱਡੀ ਪੱਧਰ 'ਤੇ ਇਹਨਾਂ ਨੇ ਸੇਵਾ ਦਿੱਲੀ ਦੇ ਬਾਰਡਰਾਂ ਦੀ ਵੀ ਨਿਭਾਈ ਆ। ਪਾਣੀ ਦਾ ਬਹੁਤ ਵੱਡਾ ਐਰੋ, ਬਹੁਤ ਮਹਿੰਗਾ ਐਰੋ ਉੱਤੇ ਬਾਰਡਰ 'ਤੇ ਲਵਾ ਕੇ ਦਿੱਤਾ। ਉਸ ਸਮੇਂ ਤੋਂ ਅਸੀਂ ਇਸ ਵੀਰ ਨੂੰ ਜਾਣਦੇ ਹਾਂ, ਪਰ ਮੈਂ ਪਹਿਲੀ ਵਾਰੀ ਇਹ ਗੱਲ ਆਖ ਰਿਹਾ ਹਾਂ ਵੀ ਲੋਕ ਪੈਸੇ ਦੀ ਦੌੜ ਪਿੱਛੇ ਲੱਗੇ ਹੋਏ ਨੇ। ਪੈਸਾ ਪੈਸਾ ਕਰਦਾ, ਸਾਰਾ ਜੱਗ ਫਿਰਦਾ, ਪਰ ਪੈਸਾ ਕਿਸੇ ਦੇ ਹੱਥ ਨਹੀਂ ਆਇਆ। ਇਸ ਵੀਰ ਨੇ ਇੱਕ ਕੈਨੇਡਾ ਦਾ ਮੋਹ ਪਿਆਰ ਛੱਡ ਕੇ ਆਪਣੀ ਪੰਜਾਬ ਦੀ ਰੰਗਲੀ ਧਰਤੀ ਦਾ ਪਿਆਰ ਆਪਣੇ ਮਨ ਦੇ ਵਿੱਚ ਰੱਖਿਆ ਅਤੇ ਉੱਥੋਂ ਵਾਪਸੀ ਕੀਤੀ ਆ। ਕਹਿੰਦਾ ਕੁਝ ਨਹੀਂ ਉੱਥੇ, ਜੇ ਇੱਥੇ ਕੰਮ ਕਰਾਂਗੇ ਸਾਡੀ ਕੈਨੇਡਾ ਪੰਜਾਬ 'ਚ ਆ। ਜੇ ਇਸ ਤਰ੍ਹਾਂ ਦੀ ਸੋਚ ਲੋਕਾਂ ਨੇ ਬਣਾ ਲਈ ਤਾਂ ਪੰਜਾਬ ਵੱਸਦਾ ਰਹਿ ਸਕਦਾ, ਪਰੰਤੂ ਜਿਹੜੀਆਂ ਸਰਕਾਰਾਂ ਦੀ ਸੋਚ ਆ, ਉਹਨਾਂ ਨੇ ਇੱਥੇ ਕਿਸੇ ਨੂੰ ਨੌਕਰੀ ਨਹੀਂ ਦੇਣੀ, ਕੋਈ ਰੁਜ਼ਗਾਰ ਨਹੀਂ ਦੇਣਾ। ਲੋਕ ਪੈਸੇ ਦੇ ਲਾਲਚ ਦੇ ਵਿੱਚ ਅੱਜ ਆਪਣੇ ਮਾਂ ਬਾਪ ਤੋਂ, ਭੈਣ ਭਰਾਵਾਂ ਤੋਂ, ਰਿਸ਼ਤੇਦਾਰਾਂ ਤੋਂ, ਆਪਦੀ ਇਸ ਮਿੱਟੀ ਤੋਂ ਦੂਰ ਹੋ ਕੇ ਪੈਸੇ ਦੇ ਲਾਲਚ ਦੇ ਵਿੱਚ ਕੈਨੇਡਾ ਅਤੇ ਅਮਰੀਕਾ ਨੂੰ ਜਾ ਰਹੇ ਨੇ। ਪਰ ਪਹਿਲੀ ਵਾਰੀ ਇਹ ਸ਼ਖਸ ਸਾਡੇ ਨਾਲ ਜਿਹੜਾ ਮਿਲਿਆ, ਸਾਡਾ ਪਿਆਰਾ, ਸਾਡਾ ਵੀਰ, ਜਿਹੜਾ ਕਹਿੰਦਾ ਵੀ ਪੈਸਾ ਕੋਈ ਚੀਜ਼ ਹੀ ਨਹੀਂ ਹੈਗੀ, ਪੈਸਾ ਕੋਈ ਮੋਇਨਾ ਨਹੀਂ ਰੱਖਦਾ ਹੈਗਾ, ਮਾਂ ਬਾਪ ਦੀ ਸੇਵਾ ਸਭ ਤੋਂ ਵੱਡੀ ਸੇਵਾ, ਸਾਡੇ ਲੋਕਾਂ ਦੇ ਵਿੱਚ ਬੈਠਣਾ, ਪੰਜਾਬ ਦੀ ਧਰਤੀ ਆ, ਇਦੋਂ ਵਧੀਆ ਧਰਤੀ ਨਹੀਂ ਹੈ ਕੋਈ। ਕਹਿੰਦਾ ਮੇਰਾ ਤਾਂ ਉੱਥੇ ਜੀ ਇਹ ਨਹੀਂ ਲੱਗਿਆ। ਅੱਜ ਉਰੇ ਖੇਤੀ ਦਾ ਕੰਮ ਕਰਦਾ, 2 ਮਸ਼ੀਨਾਂ ਨੇ ਕੋਲ, ਟਰੈਕਟਰ ਆ, ਤੂੜੀ ਦਾ ਕੰਮ ਕਰ ਰਹੇ ਨੇ, ਅਤੇ ਦਿਨ ਰਾਤ ਆਪਦੀ ਮਿਹਨਤ ਕਰਕੇ ਕਹਿੰਦਾ ਵੀ ਉਦੋਂ ਵੀ ਵੱਧ ਮੈਂ ਪੈਸੇ ਕਮਾਉਣਾ, ਮੈਨੂੰ ਸੰਤੁਸ਼ਟੀ ਆ ਇਸ ਪੈਸੇ ਦੇ ਵਿੱਚ, ਮੈਨੂੰ ਕੈਨੇਡਾ ਦੇ ਜਾਂ ਅਮਰੀਕਾ ਦੇ ਪੈਸੇ ਦੀ ਲੋੜ ਨਹੀਂ। ਅਤੇ ਜਿਨ੍ਹਾਂ ਦਾ ਅਮਰੀਕਾ ਦਾ ਵੀਜ਼ਾ ਵੀ ਲੱਗਿਆ ਹੋਵੇ, ਉਹ ਅਮਰੀਕਾ ਨੂੰ ਵੀ ਪਸੰਦ ਨਹੀਂ ਕਰ ਰਹੇ, ਕਹਿੰਦੇ ਵੀ ਸਾਨੂੰ ਉਹਦੀ ਕੋਈ ਲੋੜ ਨਹੀਂ ਹੈ, ਮੈਨੂੰ ਮੇਰਾ ਪਰਿਵਾਰ ਚਾਹੀਦਾ, ਮੇਰਾ ਪੰਜਾਬ ਚਾਹੀਦਾ, ਮੈਨੂੰ ਇਹ ਪੈਸੇ ਦੀ ਲੋੜ ਨਹੀਂ। ਇਸ ਕਰਕੇ ਅੱਜ ਤਾਂ ਵਧਾਈ ਦੇ ਪੱਤਰ ਕਹਿੰਦੇ ਇਸ ਵੀਰ ਨੂੰ, ਸਾਡੀਆਂ ਅੱਖਾਂ ਖੋਲ੍ਹੀਆਂ ਨੇ ਵੀ ਲੋਕਾਂ ਨੂੰ ਵੀ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਆ ਕਿ ਸਾਡੇ ਦੇਸ਼ ਦੀ ਧਰਤੀ ਨੂੰ ਵੇਚ ਕੇ
ਅਸੀਂ ਬਾਹਰ ਨਾ ਜਾਈਏ, ਇਹਦੀ ਰਾਏ ਦੇ ਮੁਤਾਬਕ ਅਸੀਂ ਤੇ ਪੰਜਾਬ ਦੇ ਵਿੱਚ ਕੰਮ ਕਰੀਏ ਤੇ ਬਹੁਤ ਹੀ ਮੈਨੂੰ ਚੰਗਾ ਲੱਗਿਆ। ਨਾਭਾ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ।